28 तारीख नूं 28 तीन नूं साढ़े एक दरखास्त आई सी अजय कुमार वासी अपना इको सिटी वन तो उदों वल्लों दरखास्त आई सी कि उहदे घर विच जिहड़ी हैगी आ चोरी हो गई आ जिहदे तहत जिहड़ा असी मुकदमा नंबर 44/23 दर्ज किया गया 357 ते 480 आई पी सी का। तो उस तो बाद जिहड़े साढ़े माणयोग एस एस पी साहब उन्हां दी दिशा दर्शा ते असी जिहड़ी इह मुकदमे की तफतीश जिहड़ी जारी की गई जिहदे तहत जिहड़ी आ टीमां बनाईआं गईआं जिहड़े साढ़े मोलापुर दे एस एच ओ इंस्पैक्टर सतेंद्र सिंह उन्हां वल्लों जिहड़ी एक टीम तैयार की गई ते जिहड़े साढ़े आ एविडेंस जिस तरह कैमरे वगैरह फुटेज वगैरह चैक की गए उस तो बाद जिहड़ियां सानूं जिहदे शक सी उहदी जिहड़ी हैगी आ उह सी डी आर साढ़े वल्लों जिहड़ी हैगी आ उह पवाई गई ते जदों दौराने तफतीश साढ़े कोल जिहड़े एविडेंस आए उस दे तहत जिहदे घर अजय कुमार जिहड़ा इको सिटी दे वासी आ उहनां दे घर जिन्हां दी चोरी हुई सी उहनां दा इक ड्राइवर सी जिहड़ा 4-5 साल तों उहनां दे नाल काम कर रिहा सी ਅਤੇ ਜਦੋਂ ਜਿਹੜੀ 27 ਤਰੀਕ ਦੇ ਤਹਿਤ ਜਦੋਂ ਜਿਹੜੇ ਅਜੇ ਕੁਮਾਰ ਸੀ ਉਹਨਾਂ ਨੇ ਕਿਸੇ ਵਿਆਹ 'ਚ ਜਾਣਾ ਸੀ ਜਿਹਦੇ ਕਰਕੇ ਉਹ ਆਪਣੇ ਘਰ ਪੈਸੇ ਰੱਖ ਕੇ ਗਏ ਸੀ ਕੁਝ ਅਤੇ ਜਿਹੜਾ ਡਰਾਈਵਰ ਹੈਗਾ ਸੀ ਉਸਨੇ ਉਹਨੂੰ ਇਸ ਬਾਰੇ ਸਾਰਾ ਕੁਝ ਪਤਾ ਸੀ ਅਤੇ ਉਹ ਇਹਨਾਂ ਦੀ ਫੈਮਿਲੀ ਨੂੰ ਜਿਹੜਾ ਡਰਾਈਵਰ ਹੈਗਾ ਉਹ ਲੈ ਕੇ ਖਰੜ ਵਿਆਹ ਦੇ ਵਿੱਚ ਗਿਆ ਸੀ ਅਤੇ ਵਿਆਹ 'ਚ ਉਹਨਾਂ ਦੀ ਫੈਮਿਲੀ ਛੱਡ ਕੇ ਵਾਪਸ ਆਪਣਾ ਮੁੱਲਾਪੁਰ ਆ ਗਿਆ ਉਹ ਇਕੋ ਸਿਟੀ ਦੇ ਵਿੱਚ ਜਿਹਦੇ ਵਿੱਚ ਜਿਹੜਾ ਇਹਦਾ ਇੱਕ ਦੋਸਤ ਰੁਸਤਮ ਜਿਹੜਾ ਪਹਿਲਾਂ ਹੀ ਉੱਥੇ ਖੜ੍ਹਾ ਸੀ ਉਹ ਜਿਹੜਾ ਜੁਬਲਾਈਨ ਸੀ ਅਤੇ ਉਹਨੂੰ ਨਾਲ ਲੈ ਕੇ ਇਹ ਉਹਨਾਂ ਦੇ ਘਰ ਗਿਆ ਅਤੇ ਜਿਹੜਾ ਇੱਕ ਬੈਕ ਸਾਈਡ 'ਤੇ ਇਹਨਾਂ ਦੇ ਘਰ ਦੇ ਕੈਮਰਾ ਲੱਗਿਆ ਹੋਇਆ ਸੀ ਉਸ ਨੂੰ ਉਹਦੀ ਮਦਦ ਦੇ ਨਾਲ ਕੈਮਰਾ ਨੇ ਸਾਈਡ ਕਰਕੇ ਅਤੇ ਇਹ ਜਿਹੜਾ ਲੜਕਾ ਸੀ ਘਰ ਅੰਦਰ ਚਲਾ ਗਿਆ ਅਤੇ ਜਿਸ 'ਤੇ ਉਹਨੇ ਪੈਸੇ ਚੱਕ ਕੇ ਜਿਹੜਾ ਕਰੀਬ 20-30 ਲੱਖ ਦੇ ਕਰੀਬ ਹੈਗੇ ਸੀ ਪੈਸੇ ਉਹ ਲੈ ਕੇ ਜਿਹੜੇ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਇੱਕ ਜਿਹੜਾ ਰਤਵਾੜਾ ਰੋਡ 'ਤੇ ਇੱਕ ਬਾੜਾ ਸੀ ਉਹਦੇ ਵਿੱਚ ਆਪਣਾ ਕਬਾੜ ਦਿੱਤਾ ਜਿੱਥੇ ਸਮਾਨ ਰੱਖਿਆ ਸੀ ਉੱਥੇ ਉਹਨਾਂ ਨੇ ਪੈਸੇ ਲੁਕੋਤੇ ਸੀ ਕਿਸੇ ਡੱਬੇ ਦੇ ਵਿੱਚ ਉੱਥੇ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਦੀਪੂ ਸੀ ਗੁਰਦੀਪ ਉਹ ਵਾਪਸ ਵਿਆਹ ਦੇ ਵਿੱਚ ਚਲਾ ਗਿਆ ਸੀ ਇਹਦੇ ਤਹਿਤ ਫਿਰ ਅਸੀਂ ਇਹਨੂੰ 5 ਤਰੀਕ ਨੂੰ ਅਰੈਸਟ ਕੀਤਾ ਅਤੇ ਅਸੀਂ ਰਿਮਾਂਡ ਦਿੱਤਾ ਗਿਆ ਇਹਦਾ ਉਹ ਤੋਂ ਬਾਅਦ ਪੁੱਛਗਿੱਛ ਜਿਹੜੀ ਇਹ ਸਾਰੀ ਗੱਲ ਸਾਹਮਣੇ ਆਈ।